गुरदासपुर विखे पिछले 13 दिनों तो धरना दे रहे धरने फार्मेसी अफसरां ने कहा कि पेंडू सेहत डिस्पेंसरियां विच साल 2006 विच सरकार ने करीब 1186 पेंडू सेहत फार्मिस्ट तैनात किए सन। यह सारे फार्मिस्ट बहुत ही घट तनखा ते काम कर रहे हैं, जिन्हां वल्लों लगातार अपनियां सेवावां रेगुलर करवाउण अते तनखा विच वाधे दी मंग नूं लै के कई रोष प्रदर्शन किए जा चुके हैं, पर किसी ने उन्हां दी सार नहीं लई अते मंत्रियां ने कई बार टाइम दे के उन्हां नाल मीटिंग नहीं की। अज उन्हां नूं आम आदमी पार्टी का समर्थन मिलिया है, इसलिए ओह आम आदमी पार्टी दे आगुआं दा धन्नवाद करदे हन। उन्हां नूं आस है कि आम आदमी पार्टी उन्हां दी गल नूं पंजाब सरकार अगे रखणगे। इस मौके कादियां हलकां तों आम आदमी पार्टी दे इंचार्ज डॉक्टर कवलजीत सिंह ने कहा कि बड़ी दुख दी गल है कि पिछले 14 सालां तों फार्मेसी अफसर विभाग विच काम कर रहे हन, पर उन्हां नूं ना अकाली दल दी सरकार ने रेगुलर कीता अते ना ही कांग्रेस दी सरकार ने। सिर्फ इन्हां दोवां सरकारां ने मुलाजमां दा शोषण कीता है। उन्हां कहा कि ओह इन्हां दी मंग नूं लै के विरोधी धिर दे नेता हरपाल सिंह चीमा नाल गलबात करके मुख मंत्री नूं मिल के फार्मेसी अफसरां दीआं मंगां नूं पूरा करवाउणगे, अते नाल ही कहा कि जेकर पंजाब विच उन्हां दी सरकार बणदी है तां ओह इन्हां नूं बिना किसी शर्त दे रैगुलर करनगे। रूलर फार्मेसी ऑफिसर एसोसीएशन दी तरफों जिहड़ा धरना होया उहदे विच शामिल होया, मैं इन्हां दा बहुत बहुत धन्नवाद कीता करदा कि इन्हां ने मैनू दर्शन करन दा मौका दिता। बड़े दुख की गल है कि एक पासे करोना महामारी जिहड़ी पूरे वर्ल्ड दे विच चल रही है, पूरा वर्ल्ड का सिस्टम जिहड़ा हैगा वह ठप पिया, और साढ़े वारियर जिहड़े ने डॉक्टर्स जिहड़े ने साडियां हैल्थ दीआं टीमां जिहड़े साढ़े स्टाफ ने वह इस करोना महामारी दे नाल लड़ रहे ने, ते दूसरे पासे साढ़े अहम फार्मासिस्ट जिहड़ा इस जिहड़ा साढ़े हैल्थ डिपार्टमेंट का हिस्सा वह स्ट्राइक ते बैठे ने। ਇਹ ਸਾਡੀ ਬਹੁਤ ਹੀ ਮੰਦਭਾਗੀ ਗੱਲ ਹੈ, ਇਹ ਸਾਡੀ ਸਰਕਾਰਾਂ ਦੀ ਬਹੁਤ ਹੀ ਕਮਜ਼ੋਰੀ ਹੈ, ਉਹਨਾਂ ਦੀ ਨਾਕਾਮੀ ਹੈ ਕਿ ਇੱਕ ਪਾਸੇ ਇਹਨਾਂ ਨੂੰ ਅਸੀਂ ਕਰੋਨਾ ਦੇ ਨਾਲ ਜੂਝਣ ਨੂੰ ਕਹਿ ਰਹੇ ਹਾਂ, ਉਹ ਕਰੋਨਾ ਦੇ ਨਾਲ ਜੂਝ ਵੀ ਰਹੇ ਨੇ, ਅਤੇ ਦੂਸਰੇ ਪਾਸੇ ਉਹ ਆਪਣੀ ਸਰਵਿਸ ਲਈ ਧਰਨੇ 'ਤੇ ਬੈਠੇ ਨੇ। 14 ਸਾਲ ਹੋ ਗਏ ਹੈ ਇਹਨਾਂ ਨੂੰ ਜਿਹੜੇ ਹੈ ਭਰਤੀ ਹੋਇਆ, 14 ਸਾਲਾਂ ਤੋਂ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਹੈਗਾ। 14 ਸਾਲਾਂ 'ਚ ਤਾਂ ਬਹੁਤ ਕੁਛ ਚੇਂਜ ਹੋ ਜਾਂਦਾ, 3 ਪ੍ਰਮੋਸ਼ਨਾਂ ਮਿਲ ਜਾਂਦੀਆਂ ਨੇ, 5, 9, 14 ਦੇ ਹਿਸਾਬ ਨਾਲ 3 ਪ੍ਰਮੋਸ਼ਨਾਂ ਮਿਲ ਜਾਂਦੀਆਂ ਨੇ, ਅਤੇ ਇਹਨਾਂ ਨੂੰ ਤਾਂ ਪੱਕਿਆਂ ਵੀ ਨਹੀਂ ਕੀਤਾ ਹੈਗਾ। ਸੋ ਇਹ ਬਹੁਤ ਮੰਦਭਾਗੀ ਘਟਨਾ ਹੈਗੀ, ਬਹੁਤ ਮੰਦਭਾਗੀ ਸੋਚ ਆ ਸਰਕਾਰਾਂ ਦੀ, ਚਾਹੇ ਉਹ ਅਕਾਲੀ ਦਲ ਦੀ ਸਰਕਾਰ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਹੈ। ਮੈਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਬਿਲਕੁਲ ਜਾਇਜ਼ ਮੰਗਾਂ ਨੇ, ਮੰਗ ਹੀ ਇਹਨਾਂ ਦੀ ਹੈਗੀ ਕਿ ਜੇ ਕੰਮ ਕਰ ਰਹੇ ਨੇ ਤਾਂ ਇਹਨੂੰ ਰੈਗੂਲਰ ਕਿਉਂ ਨਹੀਂ ਕਰ ਰਹੇ ਹੈਗੇ। 14 ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈਗਾ। ਸਾਨੂੰ ਜੀ ਤਕਰੀਬਨ 13 ਦਿਨ ਹੋ ਗਏ ਨੇ ਇਸ ਜਗ੍ਹਾ 'ਤੇ ਬੈਠਿਆਂ ਨੂੰ, ਇੱਥੇ ਨਹੀਂ ਪੂਰੇ ਪੰਜਾਬ ਦੇ ਜਿੰਨੇ ਜ਼ਿਲ੍ਹਾ ਹੈੱਡਕੁਆਰਟਰ ਜ਼ਿਲ੍ਹਾ ਪਰਿਸ਼ਦ ਦਫ਼ਤਰ ਨੇ ਸਾਡੇ ਸਾਥੀ ਜਿਹੜੇ ਉੱਥੇ ਬੈਠੇ ਹੋਏ ਨੇ, ਔਰ ਬੜੇ ਅਫਸੋਸ ਦੀ ਗੱਲ ਹੈ ਕਿ 13 ਦਿਨਾਂ ਦੇ ਵਿੱਚ ਇੱਕ ਵਾਰੀ ਵੀ ਸਰਕਾਰ ਸਾਡੀ ਗੱਲ ਸੁਣ ਨਹੀਂ ਆਈ। ਪਿਛਲੇ ਦਿਨ ਅਸੀਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਕੋਠੀ ਨੂੰ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ ਕਾਦੀਆਂ ਵਿਖੇ, ਫਿਰ ਸਾਡੀ ਡੀਸੀ ਦਫ਼ਤਰ ਦੇ ਵਿੱਚ ਉਹਨਾਂ ਨਾਲ ਮੀਟਿੰਗ ਹੋਈ ਸੀ, ਔਰ ਉਸ ਮੀਟਿੰਗ ਦੇ ਵਿੱਚ ਉਹਨਾਂ ਸਾਨੂੰ ਚੰਡੀਗੜ੍ਹ ਵੀ ਬੁਲਾਇਆ, ਪਰ ਚੰਡੀਗੜ੍ਹ ਬੁਲਾ ਕੇ ਵੀ ਉਹਨਾਂ ਸਾਨੂੰ ਖਾਲੀ ਹੱਥ ਵਾਪਸ ਮੋੜਿਆ। ਉਹਨਾਂ ਦਾ ਤਰਕ ਸੀ ਕਿ ਖਜ਼ਾਨਾ ਮੰਤਰੀ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾਉਣੀ ਆ, ਉਹਨਾਂ ਨੇ ਹੀ ਤੁਹਾਡੇ ਵਾਸਤੇ ਪੈਸੇ ਜਿਹੜੇ ਮੈਂਸ਼ਨ ਕਰਨੇ ਆ, ਫਿਰ ਅਸੀਂ ਤੁਹਾਨੂੰ ਰੈਗੂਲਰ ਕਰਨਾ। ਪਰ ਖਜ਼ਾਨਾ ਮੰਤਰੀ ਸਾਹਿਬ 3 ਵਾਰੀ ਮੀਟਿੰਗ ਦੀ ਕਾਲ ਦੇ ਕੇ ਮੁੱਕਰ ਗਏ ਨੇ, ਅੱਜ 10 ਵਜੇ ਵੀ ਮੀਟਿੰਗ ਸੀ, ਅੱਜ ਵੀ ਉਹ ਮੀਟਿੰਗ ਤੋਂ ਭੱਜ ਗਏ ਨੇ। ਇਹ ਸਰਕਾਰ ਸਾਡਾ ਕੁਝ ਨਹੀਂ ਸੋਚ ਰਹੀ, ਇਹ ਨਹੀਂ ਸੋਚ ਰਹੀ ਕਿ 10,000 ਰੁਪਈਏ 'ਤੇ ਫਾਰਮਾਸਿਸਟ ਅਤੇ 4,500 ਰੁਪਈਏ 'ਤੇ ਸਾਡੇ ਨਾਲ ਬੈਠੇ ਕਲਾਸ 4 ਦਰਜਾ 4 ਕਰਮਚਾਰੀ ਜਿਨ੍ਹਾਂ ਦੀ 150 ਰੁਪਈਆ ਦਿਹਾੜੀ ਬਣਦੀ ਹੈ, ਐਡਾ ਵੱਡਾ ਤਸ਼ੱਦਦ ਮਾਨਸਿਕ ਤੌਰ 'ਤੇ ਸਾਡੇ ਨਾਲ ਕਰ ਰਹੇ ਆ, ਅਤੇ ਨਾਲ ਜਿਹੜਾ ਇਕਨੋਮਿਕ ਤੌਰ 'ਤੇ ਤਾਂ ਅਸੀਂ ਲੁੱਟੇ ਪੁੱਟੇ ਗਏ ਹਾਂ, ਪਰ ਸਾਨੂੰ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਵਾ। ਮੈਨੂੰ ਲੱਗਦਾ ਹੈ ਕਿ ਜਦ ਅੱਜ ਸਾਡੇ ਕੋਲ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਪਹੁੰਚ ਗਏ ਨੇ, ਅਤੇ ਸਰਕਾਰ ਦੇ ਕੰਨਾਂ 'ਤੇ ਜੂੰ ਕੁਝ ਨਾ ਕੁਝ ਜ਼ਰੂਰ ਸਰਕੇ, ਕਿਉਂਕਿ ਸਰਕਾਰ ਨੂੰ ਕੁਝ ਨਾ ਕੁਝ ਖੁਰਕ ਹੋਣੀ ਮਹਿਸੂਸ ਹੋ ਜਾਏਗੀ। ਅਸੀਂ ਜੀ 2006 ਤੋਂ ਹੀ ਪ੍ਰੋਟੈਸਟ ਕਰਦੇ ਆ ਰਹੇ, ਪਹਿਲਾਂ ਕੈਪਟਨ ਸਰਕਾਰ ਵਾਰੀ ਉਦੋਂ ਵੀ ਸਾਨੂੰ ਪਰਚਿਆਂ ਨਾਲ ਨਿਵਾਜਿਆ ਗਿਆ ਸੀ, ਔਰ ਅਕਾਲੀ ਸਰਕਾਰ ਨੇ ਕਿਹਾ ਸੀ ਕਿ ਆਉਂਦਿਆਂ ਹੀ ਸੁਖਬੀਰ ਸਿੰਘ ਬਾਦਲ ਕੋਲ ਜਦੋਂ ਅਸੀਂ ਗਏ ਸੀਗੇ ਤਾਂ ਉਹਨਾਂ ਨੇ ਜਾਂਦਿਆਂ ਹੀ ਸਾਡਾ ਹੱਥ ਫੜ ਕੇ ਕਿਹਾ ਵੀ ਹੁਣ ਅਸੀਂ 3 ਮਹੀਨਿਆਂ ਵਿੱਚ ਤੁਹਾਨੂੰ ਰੈਗੂਲਰ ਕਰ ਰਹੇ ਹਾਂ।